ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਵੀਰ ਜੀ ਆਪਣੇ YouTube ਚੈਨਲ ਤੇ ਸਾਰੇ ਵੀਰਾਂ ਦਾ। ਵੀਰ ਜੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਆਪਾਂ ਹਰ ਰੋਜ਼ ਤੁਹਾਨੂੰ ਨਵੇਂ-ਨਵੇਂ ਟਰਾਲੇ ਮੋਡੀਫਾਈ ਟਰਾਲੇ ਦਿਖਾਉਂਦੇ ਆਂ ਜੀ। ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਜੀ ਆਹ ਸਾਹਮਣੇ ਖੜਾ ਸਨ ਸਟਰੋਂਗ ਕਲਰ ਹੈ ਵੀਰ ਜੀ 13x27 ਟਰਾਲਾ ਹੈ ਜੀ ਬਾਡੀ 2.5 ਫੁੱਟ ਹੈ ਜੀ ਬਿੱਡ ਉੱਤੇ 3 ਫੁੱਟ ਦਾ ਹੈ ਜੀ 10 ਇੰਚੀ ਚਾਸੀ ਦੇ ਵਿੱਚ ਹੈ ਵੀਰ ਜੀ ਸਾਰੇ ਟਰਾਲੇ ਦਾ ਰਿਵਿਊ ਕਰਾਵਾਂਗੇ ਜੀ ਕੀ ਕੀ ਮਾਲ ਆਇਆ ਹੋਇਆ ਪਹਿਲਾਂ ਲੁੱਕ ਚੈੱਕ ਕਰ ਲਓ ਟਰਾਲੇ ਦੀ। ਹੈਵੀ ਟਰਾਲਾ ਹੈ ਵੀਰ ਜੀ ਅੰਮ੍ਰਾਲਾ ਸ਼ਹਿਰ ਆਪਣੀ ਵਰਕਸ਼ਾਪ ਹੈ ਜੀ ਪੇਵੇ ਰੋਡ ਤੇ ਵਰਕਸ਼ਾਪ ਦਾ ਨਾਮ ਹੈ ਜੀ ਮੋਹਨ ਇੰਟਰਪ੍ਰਾਈਜ਼ ਟਰਾਲੀ ਐਗਰੀਕਲਚਰ ਮੋਬਾਈਲ ਨੰਬਰ ਵੀਰ ਜੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਜੀ 70277 77181 70277 ਦੁਬਾਰਾ ਫੇਰ 77 ਹੈ ਵੀਰ ਜੀ 181 ਹੈ ਜੀ ਆਹ ਜਿਹੜੇ ਦੋਏ ਟਰਾਲੇ ਖੜੇ ਨੇ ਜੀ ਆਹ ਸਾਹਮਣੇ ਖੜਾ ਹੈ ਵੀਰ ਜੀ ਰਾਇਲ ਬਲੂ ਕਲਰ ਦੇ ਵਿੱਚ 147 ਹੈ ਜੀ ਡਬਲ ਜੈਕ ਇਹਦਰ ਵੀ ਆਪਾਂ ਨੇ ਕਰਾਤਾ ਜੀ ਵੀਡੀਓ ਦੇ ਵਿੱਚ ਦੂਜੀ ਵੀਡੀਓ ਦੇ ਵਿੱਚ ਵੀਡੀਓ ਅਪਡੇਟ ਆ ਆਪਣੇ YouTube ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਹਾਂ ਵੀਰ ਜੀ ਆਹ ਬਾਈਟ ਕਲਰ ਦਾ 13 7 ਹੈ ਜੀ ਡਬਲ ਜੈਕ ਦੇ ਵਿੱਚ ਇਹਦਾ ਵੀ ਰਿਵਿਊ ਕਰਾ ਰੱਖਿਆ ਵੀਰ ਜੀ ਆਪਣੇ YouTube ਚੈਨਲ ਤੇ ਵੀਡੀਓ ਅਪਡੇਟ ਆ ਜੀ ਚੈੱਕ ਕਰ ਸਕਦੇ ਹੋ ਜਾ ਕੇ ਆਹ 12 6.5 ਹੈ ਜੀ ਇਹਦਾ ਵੀ ਰਿਵਿਊ ਕਰਾ ਰੱਖਿਆ ਜੀ ਜਾ ਕੇ ਆਪਣੇ YouTube ਚੈਨਲ ਤੇ ਵੀਡੀਓ ਅਪਡੇਟ ਆ ਵੀਰ ਜੀ ਚੈੱਕ ਕਰ ਸਕਦੇ ਹੋ ਜੀ ਰੇਟ ਵੇਟ ਸਭ ਚੀਜ਼ਾਂ ਦੱਸੀ ਹੋਈਆਂ ਨੇ ਜੀ ਅੱਜ ਆਹ ਸਾਹਮਣੇ ਸਨ ਸਟਰੋਂਗ ਕਲਰ ਹੈ ਜੀ ਇਹਦਰ ਵੀਊ ਕਰਾਵਾਂਗੇ ਤੁਹਾਨੂੰ ਆ ਨਵਾਂ ਤਿਆਰ ਹੋਇਆ ਹੈ ਵੀਰ ਜੀ ਰਾਤ ਹੀ ਟਰਾਲਾ ਤਿਆਰ ਹੋਇਆ ਹੈ ਜੀ ਵੀਡੀਓ ਐਂਡ ਤੱਕ ਦੇਖਿਆ ਕਰੋ ਵੀਰ ਜੀ ਕੱਲੀ ਕੱਲੀ ਚੀਜ਼ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਦੇ ਆਂ ਜੀ ਜੇਕਰ ਕੋਈ ਚੀਜ਼ ਦੱਸਣੀ ਰਹੇ ਜੀ ਫੋਨ ਕਰਕੇ ਪੁੱਛ ਸਕਦੇ ਹੋ ਵੀਡੀਓ ਤੇ ਫੋਟੋ ਮੰਗਾ ਸਕਦੇ ਹੋ WhatsApp ਤੇ ਟਰਾਲੇ ਦੀ 13 7 ਸਾਈਜ਼ ਹੈ ਜੀ ਅੰਦਰ ਅੰਦਰ 13 7 ਹੈ ਵੀਰ ਜੀ ਬਾਡੀ ਸਭਾ 2 ਫੁੱਟ ਹੈ ਜੀ ਵਿੱਡ ਉੱਤੇ 3 ਫੁੱਟ ਦਾ ਹੈ ਜੀ ਵਿੱਡ ਸਾਰਾ ਪਲਾਜ਼ਾ ਕਟਿੰਗ ਹੈ ਵੀਰ ਜੀ ਚੈੱਕ ਕਰ ਸਕਦੇ ਹੋ ਜੀ ਪੈ ਪਈ ਹੋਈ ਨੇ ਵਿੱਡ ਦੇ ਵਿੱਚ ਦੇਖ ਸਕਦੇ ਹਾਂ ਵੀਰ ਜੀ ਆ ਜਿਹੜੀ ਟਰੈਕਟਰ ਨੂੰ ਹੁੱਕ ਪੈਂਦੀ ਹੈ ਜੀ 3 ਇੰਚੀ ਮੋਟੀ ਹੈ ਜੀ ਮਸ਼ੀਨੀ ਹੁੱਕ ਹੈ ਜੀ ਆ ਜੈਕ ਵਾਲਾ ਪਾਇਪ ਹੈ ਜੀ ਜੈਕ ਵਾਲਾ ਪਾਇਪ ਸਾਰਾ ਅੰਡਰਗਰਾਉਂਡ ਕੱਢਿਆ ਬਾਜੀ ਟਰਾਲੇ ਦੇ ਵਿੱਚ ਨੂੰ ਛਾਸੀ ਦੇ ਵਿੱਚ ਨੂੰ ਹੁੱਕ ਮੱਚੀ ਕਰਕੇ ਲਾਈ ਹੋਈ ਹੈ ਜੀ ਚੈੱਕ ਕਰ ਸਕਦੇ ਹਾਂ ਹੁੱਕ ਵੱਧ ਤੋਂ ਵੱਧ ਲੰਬੀ ਕੀਤੀ ਹੋਈ ਹੈ ਟਰੈਕਟਰ ਦੇ ਟਾਇਰਾਂ ਦੇ ਵਿੱਚ ਨਾ ਫਸੇ ਜਿਵੇਂ ਮਰਜ਼ੀ ਤੁਸੀਂ ਟਰੈਕਟਰ ਘੁਮਾ ਕੇ ਦੇਖ ਸਕਦੇ ਹੋ ਫੁੱਲ ਗਾਰੰਟੀ ਹੈ ਆਪਣੀ ਟਰੈਕਟਰ ਦੇ ਟਾਇਰਾਂ ਦੇ ਵਿੱਚ ਨਹੀਂ ਫਸੂਗੀ ਵੀਰ ਜੀ ਪੌੜੀ ਲੱਗੀ ਹੋਈ ਹੈ ਜੀ ਗੋਲ ਪਾਈਪ ਦੀ ਹੈਵੀ ਪਾਈਪ ਦੀ ਪੌੜੀ ਲਾਈ ਹੋਈ ਹੈ ਜੀ ਟਰਾਲੀ ਦੇ ਉੱਤੇ ਚੜਨ ਨੂੰ ਪੌੜੀ ਵੀਰ ਜੀ ਇੱਕ ਸਾਈਡ ਤੇ ਵੀ ਲਾਈ ਹੋਈ ਹੈ ਜੀ ਦਿਖਾਉਂਦੇ ਆ ਤੁਹਾਨੂੰ ਆ ਦੇਖ ਸਕਦੇ ਹੋ ਜੀ ਦੋ ਪੌੜੀਆਂ ਲੱਗੀਆਂ ਹੋਈਆਂ ਨੇ ਜੀ ਟਰਾਲੇ ਨੂੰ ਪੌੜੀ ਦੇ ਉੱਤੇ ਮਿੱਢੀ ਲੱਗੀ ਹੋਈ ਹੈ ਜੀ 4 ਇੰਚੀ ਚੈਨਰ ਦੀ ਟਰਾਲੀ ਦੀ ਟੌਰਲੀ ਵੀ ਹੁੰਦੀ ਆ ਤੇ ਤੁਸੀਂ ਕੁਝ ਲੋਡ ਕਰਨਾ ਹੋਵੇ ਅੱਗੇ ਵਿਧਾ ਕੇ ਇਹਦੇ ਤੇ ਰੱਖ ਕੇ ਵੀ ਲੋਡ ਕਰ ਸਕਦੇ ਹੋ ਜੀ 2023 ਲਿਖਿਆ ਹੋਇਆ ਵੀਰ ਜੀ ਅੱਜ ਹੀ ਰੈਡੀ ਹੋਇਆ ਹੈ ਜੀ ਸਾਰੇ ਸਟicker ਹੁੰਦੇ ਨੇ ਹੱਥ ਨਾਲ ਲਿਖਾਈ ਕੁਝ ਨਹੀਂ ਹੁੰਦੀ ਜੀ ਆ ਲਿਖਿਆ ਹੋਇਆ ਜੀ ਸਟicker ਨਾਲ ਸਾਡੀ ਟੋਰ ਵੀ ਫਸਲਾਂ ਕਰਕੇ ਸਾਡਾ ਜੋਰ ਵੀ ਫਸਲਾਂ ਕਰਕੇ ਜੈਕ ਵਾਲੇ ਲੋਕ ਨੇ ਜੀ ਜੈਕ ਵਾਲੇ ਲੋਕ ਦੋਨੋਂ ਸਾਈਡਾਂ ਦੇ ਨੇ ਵੀਰ ਜੀ ਟਰਾਲੀ ਰੋਡ ਤੇ ਜਾਂਦੀ ਖੜਕੇ ਨਾ ਜੀ ਜੈਕ ਵਾਲੇ ਲੋਕ ਇਸ ਲਈ ਹੁੰਦੇ ਨੇ ਜੀ ਆ ਰੀਲਾਂ ਨੇ ਜੀ ਰੱਸਾ ਖਿੱਚਣ ਵਾਲੀਆਂ ਦੋਨੋਂ ਸਾਈਡਾਂ ਦੇ ਰੀਲਾਂ ਨੇ ਆ ਟੋਚਨ ਹੁੱਕ ਹੈ ਜੀ ਟਰਾਲੀ ਕਿਤੇ ਫਸ ਜੇ ਦੂਆ ਡਾਇਰੈਕਟਰ ਪਾ ਕੇ ਖਿੱਚ ਸਕਦੇ ਹਾਂ ਆ ਹੁੱਕਾਂ ਵੀ ਦੋਨੋਂ ਸਾਈਡਾਂ ਤੇ ਨੇ ਵੀਰ ਜੀ ਆ ਸਟੈਂਡ ਹੈ ਜੀ ਟਰਾਲੀ ਦਾ ਸਟੈਂਡ ਹੈਵੀ ਹੈ ਟਰਾਲੀ ਲੋਡ ਦੇ ਵਿੱਚ ਕੋਈ ਖੜਨ ਦੇ ਵਿੱਚ ਦਿੱਕਤ ਨਾ ਆਵੇ ਆ ਪਲੇਟ ਲਾਈ ਹੋਈ ਹੈ ਜੀ ਟਰਾਲੀ ਦੀ ਟੋਰ ਲਈ ਸਟਾਰ ਦੀ ਕਟਿੰਗ ਕੀਤੀ ਹੋਈ ਹੈ ਜੀ ਲੇਜ਼ਰ ਕਟਿੰਗ ਵੀ ਕਹਿ ਦਿੰਦੇ ਆ ਇਹਨੂੰ ਚੈੱਕ ਕਰ ਸਕਦੇ ਹਾਂ ਦੋਨੋਂ ਸਾਈਡਾਂ ਤੇ ਹੈ ਜੀ ਉੱਪਰ ਵੀ ਡ ਹੈ ਜੀ ਬਿੱਡ ਦੇ ਵਿੱਚ ਪੈਪ ਹੈ ਜੀ ਗੋਲ ਅੰਦਰ ਜਿਸਤੀ ਜਾਲੀ ਲੱਗੀ ਹੋਈ ਹੈ ਜੀ ਪੈਪ ਤਿੰਨ ਪਏ ਹੋਏ ਨੇ ਵੀਰ ਜੀ ਚੌਥਾ ਉੱਪਰ ਚੋਰ ਸਪੈਪ ਹੈ ਜੀ ਚੈੱਕ ਕਰ ਸਕਦੇ ਹਾਂ ਮੁੱਛ ਲੱਗੀ ਹੋਈ ਹੈ ਜੀ ਲੇਜ਼ਰ ਕਟਿੰਗ ਦੀ ਮੁੱਛ ਤੇ ਲਿਖਿਆ ਹੋਇਆ ਹੈ ਜੀ ਸਰਦਾਰੀ 80 10 ਇੰਚੀਆਂ ਵੀਰ ਜੀ ਤੁਹਾਨੂੰ ਨੀਚੋਂ ਦਿਖਾਉਂਦੇ ਹਾਂ ਜੀ ਟਰਾਲਾ ਪਿਓਰ ਐਮਸੀ ਕੰਪਨੀ ਦੀ 10 ਇੰਚੀ ਚਾਸੀ ਹੈ ਜੀ ਬੱਤੇ ਹੈ ਜੀ 4 2 ਦੇ ਚੈੱਕ ਕਰ ਸਕਦੇ ਹਾਂ ਵੀਰ ਜੀ ਜੈਕ ਹੈ ਜੀ ਹਾਈ ਪਾਵਰ ਦਾ 25 ਟਨ ਵਾਲਾ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਵੀਰ ਜੀ 30 35 ਪੈਸੇ ਟਾਇਰ ਨੇ ਜੀ ਬੇਦਾਗ ਜੈਕ 25 ਟਨ ਵਾਲਾ ਹੈ ਜੀ 2 ਸਾਲ ਦੀ ਗਾਰੰਟੀ ਹੈ ਜੈਕ ਦੀ ਹਿੰਦੂਸਤਾਨ ਕੰਪਨੀ ਦਾ ਜੈਕ ਹੈ ਵੀਰ ਜੀ オリジナル ਤੇ ਜੈਕ ਵਾਲਾ ਬਕਸਾ ਵੀ ਹੈਵੀ ਕਰਕੇ ਲਾਇਆ ਹੋਇਆ ਹੈ ਜੀ ਆਹ ਬੈਲਡਿੰਗ ਦੀ ਸਫਾਈ ਚੈੱਕ ਕਰ ਲਓ ਵੀਰ ਜੀ ਬਲੇਡਾਂ ਸਿਰੇ ਤੋਂ ਸਿਰੇ ਤੱਕ ਭਰੀ ਹੋਈਆਂ ਨੇ ਜੀ ਚੈੱਕ ਕਰੋ ਗ੍ਰਾਈਂਡਰ ਫੁੱਲ ਭੱਜਿਆ ਹੋਇਆ ਜੀ ਟਰਾਲੇ ਨੂੰ ਪੱਟੀ ਭਰ ਕੇ ਰੰਗ ਕਰਿਆ ਹੋਇਆ ਜੀ ਐਂਗਲ ਤੇ ਦੋਨੋਂ ਸਾਈਡਾਂ ਦੇ ਵੀਰ ਜੀ ਵੈਲਡਿੰਗ ਫੁੱਲ ਭਰਿਆ ਹੋਇਆ ਹੈ ਜੀ ਚੈੱਕ ਕਰ ਸਕਦੇ ਹੋ ਜੀ ਦੂਈ ਸਾਈਡ ਵੀ ਤੇ ਇਸ ਸਾਈਡ ਵੀ ਗ੍ਰਾਈਂਡਰ ਫੁੱਲ ਭੱਜਿਆ ਹੋਇਆ ਜੀ ਪੱਟੀ ਭਰ ਕੇ ਫੇਰ ਰੰਗ ਕਰਿਆ ਹੋਇਆ ਜੀ ਐਸਪਾ ਕੰਪਨੀ ਦਾ オリジナル ਪੇਂਟ ਹੁੰਦਾ ਵੀਰ ਜੀ ਆਪਣਾ ਕਲਰ ਕੰਪਿਊਟਰ ਦੇ ਨਾਲ শেਡ ਬਣਾਈ ਜਾਂਦੀ ਹੈ ਜੀ ਇਹ ਕਲਰ ਦੀ ਕੰਪਿਊਟਰ ਪੇਂਟ ਵੀ ਕਹਿ ਦਿੰਦੇ ਇਹਨੂੰ ਆਹ ਸਾਈਡ ਵਾਲਾ ਡੱਲ ਹੈ ਜੀ ਡਾਲੇ ਦੇ ਬਾਜ ਦੀ ਫੋਟੋ ਲੱਗੀ ਹੋਈ ਆ ਦੇਖ ਸਕਦੇ ਹੋ ਡਾਲਾ ਦਿੱਕਤਾ ਹੋਇਆ ਜੀ ਬਾਜ ਦੀ ਫੋਟੋ ਲੱਗੀ ਹੋਈ ਆ ਵੀਰ ਜੀ ਨੀਚੇ ਟੂਲ ਬਾਕਸ ਹੈ ਜੀ ਟੂਲ ਬਾਕਸ ਵੱਡਾ ਕਰਕੇ ਲਾਇਆ ਹੋਇਆ ਜੀ ਕੁਝ ਵੀ ਸਮਾਨ ਅਡਜਸਟ ਕਰ ਸਕਦੇ ਹੋ ਤੁਸੀਂ ਟਰਾਲਾ ਦੂਰ ਲੈ ਕੇ ਜਾਣਾ ਹੋਵੇ 13 ਫੁੱਟਾ ਟਰਾਲਾ ਹੈ ਵੀਰ ਜੀ ਬਜਨ ਹੈ ਜੀ 25 ਕੁੰਟਲ ਪਲੱਸ ਰੇਟ ਹੈ ਵੀਰ ਜੀ 210000 ਰੁਪਏ ਜੀ ਇੰਗਲਾਂ ਨੇ ਜੀ 13 ਫੁੱਟੇ ਨੂੰ 15 ਇੰਗਲਾਂ ਨੇ ਵੀਰ ਜੀ 15 ਹੀ ਥੱਲੇ ਬੱਤੇ ਨੇ ਜੀ 4 4 ਇੰਚ ਚਾਰ ਚਾਰ ਸਪੋਰਟਾਂ ਪਾਈ ਹੋਈਆਂ ਨੇ ਜੀ ਸਾਈਡ ਦੇ ਪਹਿਲੀ ਸਪੋਰਟ ਵੀਰ ਜੀ ਆ ਰਹੀ ਜੀ ਦੂਜੀ ਸਪੋਰਟ ਆ ਰਹੀ ਜੀ ਤੀਜੀ ਆ ਰਹੀ ਜੀ ਚੌਥੀ ਲਾਸਟ ਦੇ ਵਿੱਚ ਹੈ ਜੀ ਸਾਈਡ ਵਾਲੀ ਚਾਦਰ ਹੈ ਜੀ 10 ਗੇਜ 4 ਐਮ ਐਮ ਵੀਰ ਜੀ 10 ਗੇਜ ਹੈ ਜੀ オリジナル ਤੇ 15 ਇੰਗਲਾਂ ਨੇ ਜੀ 15 ਹੀ ਥੱਲੇ ਬੱਤੇ ਨੇ ਐਂਗਲ ਹੈ ਵੀਰ ਜੀ ਦੋ ਸੂਤ 2 ਇੰਚ ਮੋਟੀ ਜੀ ਆ ਟਾਇਰਾਂ ਦਾ ਕਵਰ ਹੈ ਜੀ ਡੀਪ ਪਲੇਟ ਹੱਬ 10 ਨੱਟੀ ਹੈ ਜੀ Tata ਗੱਡੀ ਦੀ ਵੀਰ ਜੀ オリジナル ਨਵੀਂ ਹੱਬ ਹੁੰਦੀ ਹੈ ਜੀ ਬਿਲਕੁਲ ਗ੍ਰੀਸ ਗਰੂਸ ਕਰਨ ਦੀ ਕੁਛ ਲੋੜ ਨਹੀਂ ਹੈਗੀ ਜੀ 3-4 ਸਾਲ ਆਪਣੀ ਫੁੱਲ ਗਾਰੰਟੀ ਹੈ ਜੀ ਨੀਪਲ ਦਿੱਤਾ ਹੋਇਆ ਹੈ ਜੀ ਸਭ ਨੂੰ ਜੇ ਤੁਹਾਨੂੰ ਗ੍ਰੀਸ ਕਰਨੀ ਵੀ ਪਵੇ ਗ੍ਰੀਸ ਕਰਨ ਨਾਲ ਕਰ ਸਕਦੇ ਹਾਂ ਜੀ ਇਸ ਟਾਈਮ ਤਾਂ ਇਹਦੇ ਵਿੱਚ オリジナル ਗ੍ਰੀਸ ਹੈ ਵੀਰ ਜੀ 10 ਗੁੱਲੀਆਂ ਨੇ ਜੀ ਟਾਡਾ ਗੱਡੀ ਦੇ ਹੱਬ ਹੁੰਦੀ ਹੈ ਜੀ ਹਿੱਸਾ ਚੈੱਕ ਕਰਾਂਦੇ ਆ ਜੀ ਤੁਹਾਨੂੰ ਆ ਵੀਰ ਜੀ ਡਾਲੇ ਵਾਲਾ ਕਲਚ ਲੋਗ ਹੈ ਜੀ ਆ ਪਲੇਨ ਮੋٹے ਸਰੀਏ ਪਏ ਹੋਏ ਨੇ ਜੀ ਆ ਰਸੇ ਵਾਲੇ ਵੀ ਸਾਰੇ ਸਾਰੇ ਖੰਨਿਆਂ ਦੇ ਵਿੱਚ ਲੱਗੇ ਹੋਏ ਨੇ ਵੀਰ ਜੀ ਸਰੀਏ ਰਸੇ ਵਾਲੇ ਜੀ ਹਿੱਸਾ ਚੈੱਕ ਕਰੋ ਜੀ ਕਿਸਾਨ ਕੰਪਨੀ ਦਾ ਹੈ ਵੀਰ ਜੀ オリジナル ਓਰੀਜਨਲ ਕਿਸਾਨ ਕੰਪਨੀ ਦਾ ਹਿੱਸਾ ਹੈ ਵੀਰ ਜੀ 4/4 ਦਾ ਹੈ ਜੀ 110mm ਡਾਲਾ ਦੁਫਾੜ ਹੈ ਵੀਰ ਜੀ ਦੇਖ ਸਕਦੇ ਹੋ ਜੀ ਇੱਕ ਸਾਈਡ ਦਾ ਡਾਲਾ ਪਹਿਲਾਂ ਹੀ ਖੁੱਲਿਆ ਹੋਇਆ ਹੈ ਜੀ ਟਰਾਲੀ ਦਾ ਡਾਲੇ ਦੇ ਉੱਤੇ ਜੀ ਜਾਲੀ ਵਾਲਾ ਫਰੇਮ ਵੀ ਬਣਾ ਕੇ ਲਾਇਆ ਹੋਇਆ ਵੀਰ ਜੀ ਹੁੱਕ ਲੱਗੀ ਹੋਈ ਹੈ ਜੀ ਹੈਵੀ 6 ਇੰਚੀ ਚੈਨਲ ਲਾਇਆ ਹੋਇਆ ਵੀਰ ਜੀ ਚੈੱਕ ਕਰ ਸਕਦੇ ਹੋ ਹੁੱਕ ਦੇ ਅੰਦਰ ਮਜ਼ਬੂਤੀ ਲਈ ਡਬਲ ਕਰਕੇ ਚੈਨਲ ਲਾਇਆ ਹੋਇਆ ਹੈ ਜੀ ਜਿੰਨੀ ਮਰਜ਼ੀ ਲੋਡ ਦੀ ਭਰ ਕੇ ਹੈਵੀ ਟਰਾਲੀ ਪਿੱਛੇ ਪਾ ਲੂ ਗਰੰਟੀ ਹੈ ਜੀ ਆਪਣੀ ਹੁੱਕ ਨਹੀਂ ਪਟੂਗੀ ਵੀਰ ਜੀ ਜਿਵੇਂ ਟਰੈਕਟਰ ਦੀ ਹੁੱਕ ਹੈਵੀ ਹੁੰਦੀ ਆ ਵੀਰ ਜੀ ਉਵੇਂ ਹੀ ਹੁੱਕ ਹੈਵੀ ਕੀਤੀ ਹੋਈ ਹੈ ਜੀ ਟਰਾਲੀ ਦੀ ਵੀ ਨੀਚੇ ਬੰਫਰ ਲਾਇਆ ਹੋਇਆ ਹੈ ਜੀ ਟਰਾਲੀ ਦੀ ਟੋਰ ਲਈ ਹੁਣ ਫਰਸ਼ ਦੀਆਂ ਅੰਦਰ ਤੋਂ ਕੰਡੀਸ਼ਨ ਦਿਖਾਉਂਦੇ ਆ ਵੀਰ ਜੀ ਡਾਲਾ ਗਰਾਰੀ ਵਾਲਾ ਹੈ ਜੀ ਦੋ ਫਾੜ ਚੈੱਕ ਕਰ ਸਕਦੇ ਹਾਂ ਆ ਗਰਾਰੀ ਦੇ ਉੱਤੇ ਕਵਰ ਲਾਇਆ ਹੋਇਆ ਹੈ ਵੀਰ ਜੀ ਦੇਖ ਸਕਦੇ ਹੋ ਜੀ ਅੰਦਰਲੀ ਸਾਈਡ ਗਰਾਰੀ ਹੁੰਦੀ ਹੈ ਜੀ ਇਹਦੇ ਦਾਲੇ ਦੇ ਫਰਸ਼ ਜਹਾਜੀ ਹੈ ਵੀਰ ਜੀ 6 ਐਮ ਐਮ ਮੋਟਾਈ ਚੈੱਕ ਕਰੋ ਜੀ ਫਰਸ਼ ਦੀ 6 ਐਮ ਐਮ ਮੋਟਾ ਫਰਸ਼ ਹੈ ਵੀਰ ਜੀ ਜਹਾਜ ਵਾਲਾ ਆ ਪ੍ਰਾਈਮਰ ਲੱਗਿਆ ਹੋਇਆ ਹੈ ਜੀ ਫਰਸ਼ ਦੇ ਅੰਦਰ ਸਾਈਡਾਂ ਦੇ ਵੀ ਪ੍ਰਾਈਮਰ ਹੈ ਵੀਰ ਜੀ ਬਾਡੀ ਹੈ ਜੀ ਸਵਾ ਦੋ ਫੁੱਟ ਵਿੱਡ ਉੱਤੇ 3 ਫੁੱਟ ਹੈ ਜੀ ਅੰਦਰ ਅੰਦਰ 7 ਫੁੱਟ ਚੌੜਾ ਹੈ ਜੀ 13 ਫੁੱਟ ਲੰਬਾ ਹੈ ਵੀਰ ਜੀ ਜਿਸਤੀ ਜਾਲੀ ਲੱਗੀ ਹੋਈ ਹੈ ਜੀ ਵਿੱਡ ਦੇ ਵਿੱਚ ਬਹੁਤ ਸੋਹਣੀ ਲੁੱਕ ਦੇ ਵਿੱਚ ਟਰਾਲਰ ਰੈਡੀ ਹੋਇਆ ਹੈ ਵੀਰ ਜੀ। ਗਰਾਰੀ ਵਾਲਾ ਡੱਲ ਹੈ ਜੀ ਡਾਲਾ ਲੱਗਿਆ ਵੀਰ ਜੀ। ਇਸ ਸਾਈਡ ਤੇ ਵੀ ਸੇਮ ਮਾਲ ਲੱਗਿਆ ਹੋਇਆ ਹੈ ਜੀ ਚੈੱਕ ਕਰ ਸਕਦੇ ਹਾਂ ਵੀਰ ਜੀ। ਕਲੱਚ ਲੋਕ ਦੋਨੋਂ ਸਾਈਡਾਂ ਤੇ ਲੱਗੇ ਹੋਏ ਨੇ ਜੀ। 13 ਫੁੱਟ ਲੰਬਾ ਹੈ ਵੀਰ ਜੀ 7 ਫੁੱਟ ਚੌੜਾ ਹੈ ਜੀ ਸਵਾ ਦੋ ਫੁੱਟ ਦੀ ਬਾਡੀ ਹੈ ਜੀ 3 ਫੁੱਟ ਦਾ ਵਿੱਡ ਹੈ ਵੀਰ ਜੀ ਵਜ਼ਨ ਹੈ ਜੀ 25 ਕਿਲੋ। ਰੇਟ ਹੈ ਵੀਰ ਜੀ 210000 ਰੁਪਏ ਜੀ ਰੇਟ 210000 ਰੁਪਏ ਹੈ ਵੀਰ ਜੀ WhatsApp ਤੇ ਤੁਸੀਂ ਫੋਟੋਆਂ ਦੇ ਵੀਡੀਓ ਮੰਗਾ ਸਕਦੇ ਹੋ ਟਰਾਲੇ ਦੀ ਲੋਕੇਸ਼ਨ ਮੰਗਾ ਕੇ ਆਪਣੀ ਦੁਕਾਨ ਤੇ ਪਹੁੰਚ ਵੀ ਸਕਦੇ ਹੋ ਵੀਰ ਜੀ ਹਰ ਰੋਜ਼ ਤੁਹਾਨੂੰ ਆਪਾਂ ਨਵੇਂ-ਨਵੇਂ ਟਰਾਲੇ ਦਿਖਾਉਂਦੇ ਆ ਜੀ ਆਹ ਸਾਹਮਣੇ ਤਿੰਨ ਟਰਾਲੇ ਖੜੇ ਨੇ ਵੀਰ ਜੀ ਇਹਨਾਂ ਦਾ ਰਿਵਿਊ ਕਰਾ ਰੱਖਿਆ ਹੈ ਜੀ ਆਪਣੇ YouTube ਚੈਨਲ ਤੇ ਵੀਡੀਓ ਅਪਡੇਟ ਹੈ ਜੀ ਰੇਟ ਵੇਟ ਸਭ ਚੀਜ਼ਾਂ ਦੱਸੀ ਹੋਈਆਂ ਨੇ ਜੀ ਦਿਖਾਇਆ ਹੋਇਆ ਵੀ ਆ ਕੀ ਕੀ ਮਾਲ ਆਇਆ ਹੋਇਆ ਆਜੇ ਟਰਾਲੇ ਬਾਰੇ ਦੱਸਣਾ ਸੀ ਵੀਰ ਜੀ ਆ ਰਾਤ ਅੱਜ ਹੀ ਤਿਆਰ ਹੋਇਆ ਹੈ ਜੀ ਰੈਡੀ ਹੋਇਆ ਹੈ ਟਰਾਲਾ ਬਹੁਤ ਸੋਹਣੀ ਲੁੱਕ ਦੇ ਵਿੱਚ ਹੈ ਵੀਰ ਜੀ ਫੈਂਸੀ ਮੋਡੀਫਾਈਡ ਟਰਾਲਾ ਹੈ ਜੀ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਜੀ